मेरे पापा होना भरा सामने बहुत ज्यादा बेइज्जती हुई, खाने में सुंडियां निकलियां, पर लेकिन शरेआम कहते हैं खाने में सुंडियां है नहीं। तो वीडियो वेखो कि ज्यादा सुंडियां निकल दियां पईआं, एक मंचूरियन च तो गुलाब जामुन च। जो शिकायत की कहते मानते ही नहीं पे, कहना की उन्होंने दो जने तो भज गए। बहुत इंसल्ट सानू सारे, इन्नी इंसल्ट भरा सामने इन्नी फील होन दी ना, मैं हाले तक बैठी हुई हाँ। मैं उदा हसबैंड आ ते उना दा साडे जिहड़े रिश्तेदार सारे इन्हां दे खाने च सुंडियां निकलियां, इन्हां दे जो होस्टल च रिश्तेदार सारे भज गए आ, सारे इन्ने वी असल्ट फील कर रहे ना। ਵਿਆਹ ਦੇ ਖਾਣੇ ਦੇ ਵਿੱਚੋਂ ਨਿਕਲੀਆਂ ਸੁੰਡੀਆਂ ਤੇ ਕਾਕਰੋਚ, ਗੁੱਸੇ ਵਿੱਚ ਆਏ ਬਰਾਤੀਆਂ ਨੇ ਪੈਲਸ ਦੇ ਬਾਹਰ ਲਗਾਤਾਰ ਧਰਨਾ। ਖਬਰ ਅੰਮ੍ਰਿਤਸਰ ਤੋਂ ਹੈ ਜਿੱਥੇ ਅੰਮ੍ਰਿਤਸਰ ਦੇ ਇੱਕ ਵਿਆਹ ਦੇ ਵਿੱਚ ਉਸ ਸਮੇਂ ਅਫੜਾ ਤਫੜੀ ਮੱਚ ਗਈ ਜਦੋਂ ਵਿਆਹ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਤੇ ਕਾਕਰੋਚ ਨਿਕਲੇ ਨੇ। ਤੇ ਜਦੋਂ ਬਰਾਤ ਖਾਣਾ ਖਾ ਰਹੀ ਸੀ ਤਾਂ ਉਹਨਾਂ ਨੇ ਦੇਖਿਆ ਕਿ ਖਾਣੇ ਦੇ ਵਿੱਚ ਸੁੰਡੀਆਂ ਨੇ, ਤਾਂ ਗੁੱਸੇ ਵਿੱਚ ਆ ਕੇ ਉਹਨਾਂ ਨੇ ਪੈਲਸ ਦੇ ਬਾਹਰ ਧਰਨਾ ਲਗਾਤਾ। ਤੇ ਮੌਕੇ 'ਤੇ ਪੁਲਿਸ ਵੀ ਪਹੁੰਚ ਗਈ ਹੈ ਅਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਦੁਲਹਨ ਨੇ ਦੱਸਿਆ ਕਿ ਉਹਨਾਂ ਦੀ ਬਰਾਤ ਦੇ ਸਾਹਮਣੇ ਬੜੀ ਬੇਇੱਜ਼ਤੀ ਹੋ ਗਈ ਹੈ। ਉਹਨਾਂ ਦੇ ਪਿਤਾ ਨੇ ਬੜੀ ਮੁਸ਼ਕਿਲ ਦੇ ਨਾਲ ਉਹਨਾਂ ਦਾ ਵਿਆਹ ਕੀਤਾ ਸੀ, ਲੇਕਿਨ ਵਿਆਹ ਦੇ ਖਾਣੇ ਦੇ ਵਿੱਚ ਸੁੰਡੀਆਂ ਅਤੇ ਕਾਕਰੋਚ ਨਿਕਲੇ ਨੇ। ਮੇਰੇ ਪਾਪਾ ਉਹਨਾਂ ਦੀ ਬਰਾਤ ਸਾਹਮਣੇ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ, ਖਾਣੇ ਵਿੱਚ ਸੁੰਡੀਆਂ ਨਿਕਲੀਆਂ, ਪਰ ਲੇਕਿਨ ਸ਼ਰੇਆਮ ਕਹਿੰਦੇ ਸਾਡੇ ਖਾਣੇ 'ਚ ਸੁੰਡੀਆਂ ਹੈਗੀਆਂ ਨਹੀਂ। ਤੁਸੀਂ ਵੀਡੀਓ ਵੇਖੋ ਕਿੰਨੀਆਂ ਜ਼ਿਆਦੀਆਂ ਸੁੰਡੀਆਂ ਨਿਕਲਦੀਆਂ ਪਈਆਂ। ਕਿਹੜਾ ਹੋਟਲ ਹੈ ਜੀ ਇਹ? ਇਸਟਾ। ਕਿਹੜੀ ਜਗ੍ਹਾ ਹੈਗਾ? ਚੁੰਗੀ ਤੇ ਹੈਗਾ ਜੋ ਤੇ ਅੱਜ ਸਾਡੇ ਨਾ ਹੋਇਆ, ਇਹ ਗਾਂ ਵੀ ਕਿਸੇ ਧੀ ਦੇ ਨਾਲ ਹੋ ਸਕਦਾ ਹੈ। ਅਸੀਂ ਨਹੀਂ ਚਾਹੁੰਦੇ ਵੀ ਸਾਡੇ ਨਾ ਹੋਇਆ ਤੇ ਗਾਂ ਵੀ ਕਿਸੇ ਨਾ ਹੋਣ। ਬਸ ਮੈਂ ਇੱਕ ਮਨਚੂਰੀਅਨ ਚ ਤੇ ਗੁਲਾਬ ਜਾਮੁਨ ਚ। ਸਬਜ਼ੀਆਂ 'ਚ ਵੀ ਨਿਕਲੀਆਂ ਸੀ ਵੈਸੇ, ਅਤੇ ਉਹ ਜਦੋਂ ਸ਼ਿਕਾਇਤ ਕੀਤੀ ਉਹ ਕਹਿੰਦੇ ਉਹ ਮੰਨਦੇ ਹੀ ਨਹੀਂ ਪਏ, ਕਹਿਣਾ ਕੀ ਉਹਨਾਂ ਨੇ ਉਹ ਦੋ ਜਣੇ ਤਾਂ ਭੱਜ ਗਏ, ਜਿਨ੍ਹਾਂ ਨੇ ਪੇਮੈਂਟ ਲਈ ਆ ਨਾ, ਪੇਮੈਂਟ ਪੂਰੀ ਕਲੀਅਰ ਕਰਕੇ ਅਤੇ ਭੱਜ ਗਏ ਉਹ। ਬਹੁਤ ਇੰਸਲਟ ਸਾਨੂੰ ਸਾਰਿਆਂ ਨੂੰ, ਇੰਨੀ ਇੰਸਲਟ ਭਰਾ ਸਾਹਮਣੇ ਇੰਨੀ ਫੀਲ ਹੋਣ ਦੀ ਨਾ, ਮੈਂ ਹਾਲੇ ਤੱਕ ਬੈਠੀ ਹੋਈ ਹਾਂ। ਕੋਈ ਵੀ ਕੋਈ ਮਾਂ ਪਿਓ ਨਹੀਂ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਇੱਦਾਂ ਕਰਕੇ ਬਿਠਾਉਣ। ਕਰਨ ਸਿੰਘ ਆ, ਮੈਂ ਉਹਦਾ ਹਸਬੈਂਡ ਆ ਤੇ ਉਹਨਾਂ ਦਾ ਸਾਡੇ ਜਿਹੜੇ ਰਿਸ਼ਤੇਦਾਰ ਸਾਰੇ, ਇਹਨਾਂ ਦੇ ਖਾਣੇ 'ਚ ਸੁੰਡੀਆਂ ਨਿਕਲੀਆਂ, ਇਹਨਾਂ ਦੇ ਜੇ ਹੋਸਟਲ ਰਿਹਾ ਚੋ, ਠੀਕ ਆ, ਅਤੇ ਇਹਨਾਂ ਸਾਰੇ ਇੰਨੇ ਵੀ ਅਸਲਟ ਫੀਲ ਕਰ ਰਹੇ ਨਾ, ਸਾਨੂੰ ਵੀ ਹੋ ਰਿਹਾ, ਅਸੀਂ ਇਸ ਕਰਕੇ ਇੱਥੇ ਡਟ ਕੇ ਬੈਠੇ ਹਾਂ। ਇੱਥੇ ਅਸੀਂ ਉਹਨਾਂ ਚਿਰ ਨਹੀਂ ਜਾਵਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ। ਖਾਣੇ ਵਿੱਚੋਂ ਮਨਚੂਰੀਆਂ ਵਿੱਚੋਂ ਸੁੰਡੀਆਂ ਨਿਕਲੀਆਂ, ਗੁਲਾਬ ਜਾਮੁਨ ਵਿੱਚੋਂ ਸੁੰਡੀਆਂ ਨਿਕਲੀਆਂ, ਇਹਨਾਂ ਸਾਰੇ ਮੇਰੀ ਸੁੰਡੀਆਂ ਹੀ ਨਿਕਲੀਆਂ ਇਹਨਾਂ ਦੇ, ਠੀਕ ਆ। ਉਹ ਹੋ ਰਿਹਾ ਤੇ ਅਸੀਂ ਇਹ ਕਹਿਣਾ ਚਾਹੁੰਦਾ ਵੀ ਸਾਡੇ ਜੋ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਇੱਥੇ ਪੈਲਸ ਦੇ ਵਿੱਚ ਜਿਹੜੇ ਵਿਆਹ ਕਰ ਰਹੇ ਆ ਉਹ ਪੈਲਸ ਵਾਲਿਆਂ ਨਾਲ ਬੋਲ ਬੁਲਾਰਾ ਕਰ ਰਹੇ। ਜਦੋਂ ਇੱਥੇ ਸਾਡੇ ASI ਸਾਹਿਬ ਆਏ, ASI ਭਗਵੰਤ ਸਿੰਘ ਵਗੈਰਾ ਫੋਰਸ ਭੇਜੀ ਗਈ ਆ, ਉਹਨਾਂ ਨੇ ਆਣ ਕੇ ਸਾਰਾ ਮੈਟਰ ਇਹਨਾਂ ਦਾ ਸੁਲਝਾਇਆ। ਇਹ ਅਸਲ ਦੇ ਵਿੱਚ ਕੁਛ ਬੰਦਿਆਂ ਨੇ ਦਾਰੂ ਵਗੈਰਾ ਪੀਤੀ ਹੈ, ਉਹ ਖਾਮ ਖਾ ਕਿਸੇ ਬੰਨੇ ਨਹੀਂ ਲੱਗਣ ਦੇ ਰਹੇ। ਮੁੜ ਕੇ ਇਹਨਾਂ ਨੇ ਚੁੱਕੇ ਅਤੇ ਇੱਥੇ ਰੋਡ ਬਲੌਕ ਕਰਨ ਲੱਗਿਆਂ ਨੂੰ, ਫਿਰ ਅਸੀਂ ਇਹਨਾਂ ਨੂੰ ਜਿਹੜਾ ਵਾ ਇਹਨਾਂ ਨੂੰ ਰੋਡ ਜਿਹੜਾ ਅਸੀਂ ਚਾਲੂ ਕਰਵਾਇਆ, ਅਤੇ ਹੁਣ ਇਹਨਾਂ ਤੋਂ ਦਰਖਾਸਤ ਲਈ ਹੈ ਜੋ ਕਾਨੂੰਨੀ ਕਾਰਵਾਈ ਬਣਦੀ ਅਸੀਂ ਕਰਾਂਗੇ। ਮਾਮਲਾ ਕੀ ਸਾਹਮਣੇ ਆਇਆ ਜੀ? ਮਾਮਲਾ ਉਹ ਕਹਿੰਦੇ ਆ ਜੀ ਕੋਈ ਭਮੱਕੜ ਵਗੈਰਾ ਸੁੰਡੀ ਵਿੱਚੋਂ ਖਾਣੇ ਦੇ ਵਿੱਚੋਂ ਨਿਕਲੀ, ਜੋ ਹੈਲਥ ਡਿਪਾਰਟਮੈਂਟ ਦਾ ਕੰਮ ਹੈ, ਪੁਲਿਸ ਦਾ ਹੈਗਾ ਹੀ ਨਹੀਂ, ਬਟ ਫਿਰ ਵੀ ਅਸੀਂ ਇਹਨਾਂ ਦੀ ਦਰਖਾਸਤ ਲੈ ਕੇ ਜਿਹੜੀ ਕਾਰਵਾਈ ਬਣਦੀ ਕਰ। ਪਰ ਸਰ ਜਿਹੜੀ ਰੈਸਟੋਰੈਂਟ ਵੱਲੋਂ ਸ਼ਰਾਬ ਜਿਹੜੀ ਪਲਾਈ ਗਈ ਹੈ, ਰੈਸਟੋਰੈਂਟ ਦੇ ਮਾਲਕ ਨੇ ਪੁਲਿਸ ਕੰਪਲੇਂਟ ਕੀਤੀ ਸੀ ਵੀ ਜ਼ਬਰਦਸਤੀ ਸ਼ਰਾਬ ਪੀ ਰਹੇ ਇੱਥੇ? ਨਹੀਂ, ਇਹਦੇ ਬਾਰੇ ਅਸੀਂ ਵੈਰੀਫਾਈ ਕਰਦੇ ਕੋਈ ਗੱਲ। ਠੀਕ, ਪੱਤਰਕਾਰਾਂ ਦੇ ਨਾਲ ਵੀ ਗਲਤ ਵਿਹਾਰ ਕੀਤਾ ਗਿਆ? ਉਹ ਵੀ ਆਪਾਂ ਵੀਰ ਦੇਖਦੇ, ਕੋਈ ਗੱਲ ਜੇਕਰ ਕਿਸੇ ਨੇ ਕੀਤਾ ਤਾਂ ਉਹਦੇ ਖਿਲਾਫ ਐਕਸ਼ਨ ਲਿਆ ਜਾਏ। ਕਿ ਇੱਥੇ ਸਾਡੀ ਭਾਣਜੀ ਦਾ ਵਿਆਹ ਸੀ, ਠੀਕ ਹੈ ਜੀ, ਠੀਕ ਹੈ ਜੀ, ਅਸੀਂ ਬਿਲਕੁਲ ਸਾਰੇ ਜਿੰਨੇ ਵੀ ਹੈਗੇ ਅਸੀਂ ਵੈਸ਼ਨੋ ਹੀ ਹਾਂ, ਪੈਕ ਸ਼ੈਕ ਵਾਲਾ ਕੋਈ ਨਹੀਂ। ਦੂਜੇ ਨੰਬਰ 'ਤੇ ਹੋਇਆ ਵੀ ਸੀਗਾ, ਸਾਨੂੰ ਨਹੀਂ ਪਤਾ ਕਿਸੇ ਬਰਾਤੀ ਨੇ ਇੱਧਰ ਉੱਧਰ ਤਾਂ ਪੀਤੀ ਖਾਧੀ, ਉਹ ਤਾਂ ਅਸੀਂ ਕਹਿ ਨਹੀਂ ਸਕਦੇ, ਠੀਕ ਹੈ ਜੀ। ਹੁਣ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਵੀ ਆਪਾਂ 100 ਕਿੰਨੇ ਨੂੰ ਕੀਤੀ ਪਲੇਟ? 710 ਰੁਪਏ ਪਲੇਟ ਕੀਤੀ ਆ, ਉਹਦੇ ਵਿੱਚ ਆਪਾਂ ਸੁੰਡੀਆਂ ਥੋੜ੍ਹੀ ਜਿਹੀ ਕੀਤੀ ਕਿ ਆਪਾਂ ਸੁੰਡੀਆਂ ਦੇਣੀਆਂ ਸ਼ੁਰੂ ਕੀਤੀਆਂ।
ਆਪਾਂ ਨੂੰ ਇਹ ਚੀਜ਼ਾਂ ਉਹਨਾਂ ਦਾ ਧਿਆਨ ਦੇਣਾ ਚਾਹੀਦਾ, ਆਪਾਂ ਨੂੰ ਕਿਹੜੀ ਚੀਜ਼ ਦਾ ਕੀ ਹੋਣਾ ਚਾਹੀਦਾ ਇਹਨੇ ਸਮਝਣਾ ਚਾਹੀਦਾ। ਇੱਕ ਮਨਚੂਰੀਅਨ ਅਤੇ ਗੁਲਾਬ ਜਾਮੁਨ, ਮਨਚੂਰੀਅਨ ਅਤੇ ਗੁਲਾਬ ਜਾਮੁਨ ਉਹਨਾਂ 'ਚ ਪ੍ਰੂਫ ਸਾਡੇ ਕੋਲ, ਸਾਡੇ ਕੋਲ ਵੀਡੀਓ ਬਣੀ ਆ, ਪੈਲਸ ਦੀਆਂ ਵੀ ਆ, ਇਹਦੀਆਂ ਵੀ, ਸਾਰਾ ਕੁਛ ਬਣਿਆ। ਪੈਲਸ ਦਾ ਜਿਹੜਾ ਮੇਨ ਮਾਲਕ ਆ ਉਹ ਬੈਠਾ ਵਾ, ਉਹ ਤਾਂ ਕੋਈ ਬਹੁਤੀ ਗੱਲ ਕਰਦਾ ਨਹੀਂ, ਜਿਹੜਾ ਮੇਨ ਬੰਦਾ ਜਿਹਦੇ ਨਾਲ ਸਾਡੀ ਗੱਲਬਾਤ ਹੋਈ ਉਹ ਇੱਦਾਂ ਜਗ੍ਹਾ ਤੋਂ ਦੌੜ ਚੁੱਕਾ, ਜਿਹਦਾ ਡੀਲਿੰਗ ਹੋ ਗਈ ਉਹ ਇੱਥੇ ਬੰਦਾ ਹੀ ਨਹੀਂ ਗਾ, ਉਹ ਦੌੜ ਗਿਆ। ਪੁਲਿਸ ਆਈ ਆ ਜੀ, ਬਹੁਤ ਸੋਹਣਾ ਕਿਹਾ ਗਿਆ ਪੁਲਿਸ ਦਾ, ਅਸੀਂ ਧੰਨਵਾਦ ਕਰਦੇ ਹਾਂ ਪੁਲਿਸ ਦਾ ਕਿ ਉਹਨਾਂ ਨੇ ਬਹੁਤ ਵਧੀਆ ਪੱਖ ਲਿਆ ਪੈਲਸ ਵਾਲਿਆਂ ਦਾ, ਉਹਨਾਂ ਨੇ ਉਹਨਾਂ ਦਾ ਪੱਖ ਲਿਆ, ਬਹੁਤ ਸੋਹਣਾ ਪੱਖ ਲਿਆ। ਉਹ ਆਉਂਦੇ ਵੀ 10,000 ਰੁਪਇਆ ਤੁਸੀਂ ਉਹਨਾਂ ਦਾ ਦਿਓ, ਕੁੜੀ ਤੋਰੋ ਅਤੇ ਜਾਓ। ਇਹ ਭਗਵੰਤ ਸਿੰਘ, ASI ਭਗਵੰਤ ਸਿੰਘ, ਉਹ ਆਉਂਦੇ ਆ ਜੀ, ਅਸੀਂ ਤੁਸੀਂ 10,000 ਰੁਪਇਆ ਦਿਓ, ਤੁਸੀਂ ਨਹੀਂ ਦੇਣਾ ਅਤੇ ਮੈਂ ਦਿੰਦਾ। ਇਹ ਗੱਲ ਪਬਲਿਕ ਦੇ ਵਿੱਚ ਵੀ ਹੋਈ ਆ, ਇਨਸਾਫ ਨਹੀਂ ਮਿਲਦਾ ਅਤੇ ਨਹੀਂ ਇਨਸਾਫ ਮਿਲਦਾ ਤਾਂ ਫਿਰ ਆ ਚੌਕ ਬੰਦ ਹੋਏਗਾ। ਜੇ ਇਨਸਾਫ ਨਹੀਂ ਮਿਲਦਾ, ਗੱਡੀਆਂ ਵਾ ਭੰਨਣੀਆਂ ਭੰਨਦੇ, ਪੁਲਿਸ ਭੰਨੇ, ਪਬਲਿਕ ਭੰਨੇ, ਕੁਛ ਵੀ ਕਰੇ, ਪਰ ਇਹ ਆਹ ਚੌਂਕ ਬੰਦ ਹੋਏਗਾ। ਚਾਹੁੰਦੇ ਕੀ ਹੋ ਤੁਸੀਂ? ਇਹ ਚੌਂਕ ਬੰਦ ਹੋਏਗਾ। ਤੁਸੀਂ ਚਾਹੁੰਦੇ ਕੀ? ਸਾਨੂੰ ਮੰਗ ਇਹ ਚਾਹੀਦੀ ਆ ਵੀ ਸਾਨੂੰ 10,000 ਰੁਪਈਏ ਨਾਲ ਕੋਈ ਨਹੀਂ, ਜੇ ਅਸੀਂ 1,00,000 ਰੁਪਇਆ ਦੇ ਸਕਦੇ ਤਾਂ 10,000 ਕੋਈ ਦੀ ਪੇਮੈਂਟ ਨਹੀਂ ਕਿ ਵੱਡੀ ਕੋਈ ਪੇਮੈਂਟ ਆ, ਗੱਲ ਪੇਮੈਂਟ ਦੀ ਨਹੀਂ ਆ, ਗੱਲ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਆ ਲੋਕਾਂ ਨੂੰ ਗੰਦ ਥੋੜ੍ਹੀ ਖਵਾਇਆ ਜਾਊ। ਇਸਟਾ ਮਾਲਕ ਦੇ ਨਾਲ ਸਾਨੂੰ ਨਹੀਂ ਪਤਾ ਕਿ ਉਹ ਮਾਲਕ ਆ ਜਾਂ ਉਹ ਮੈਨੇਜਰ ਆ ਜਾਂ ਉਹ ਕੋ, ਸਾਨੂੰ ਨਹੀਂ ਪਤਾ, ਉਹ ਆਂਦਾ ਕਿ ਮੈਂ ਮਾਲਕ ਆ। ਸ਼ਾਦੀਸ਼ੁਦਾ ਜੀਵਨ ਦਾ ਆਨੰਦ ਮਾਣਨ ਲਈ ਆਚੀ ਸੰਪਰਕ ਕਰੋ ਡਾਕਟਰ ਗੁਪਤਾ, 9761770000, ਉਮਰ ਹੋਵੇ 25 ਜਾਂ 65 ਸਾਲ, ਬੁਢਾਪੇ ਵਿੱਚ ਵੀ ਜਵਾਨੀ ਵਰਗੇ ਜੋਸ਼ ਅਤੇ ਤਾਕਤ ਦਾ ਆਨੰਦ ਮਾਣੋ। ਕ੍ਰੈਸ਼ ਸਮਾਂ ਜਿੰਨਾ ਚਾਹੋ ਉਹਨਾਂ ਵਧਾ, ਨਾ ਮਰਦੀ ਮਰਦਾਨਾ ਕਮਜ਼ੋਰੀ, ਤਾਤ ਸੁਪਨਦੋਸ਼, ਬਚਪਨ ਦੀਆਂ ਗਲਤੀਆਂ, ਸ਼ੂਗਰ ਜਾਂ ਵਾਧੀ ਉਮਰ ਕਾਰਨ ਆਈ ਸੈਕਸ ਕਮਜ਼ੋਰੀ, ਸ਼ੀਘਰ ਪਤਨ, ਨਸ਼ਾ ਦੀ ਕਮਜ਼ੋਰੀ ਜਾਂ ਢਿੱਲਾਪਣ, ਨਸ਼ੇ ਕਾਰਨ ਆਈ ਸੈਕਸ ਕਮਜ਼ੋਰੀ, ਬਿਓਲਾ, ਦੁਖੀ ਭੈਣ ਭਰਾ, ਇੱਕ ਵਾਰ ਜ਼ਰੂਰ ਸੰਪਰਕ ਕਰੋ। ਸਾਡੀ ਦਵਾਈ 100% ਸ਼ੁੱਧ ਆਯੁਰਵੈਦਿਕ ਦਵਾਈ ਹੈ, ਦੇਸ਼ ਵਿਦੇਸ਼ 'ਚ ਦਵਾਈ ਭੇਜਣ ਦਾ ਵੀ ਖਾਸ ਪ੍ਰਬੰਧ। ਆਨੰਦ ਦਵਾਖਾਨਾ, ਪਤਾ ਸਾਹਮਣੇ ਬੱਸ ਸਟੈਂਡ, ਪਟਿਆਲਾ, ਪੰਜਾਬ, 9761770000। ਦਵਾਈ ਦਾ ਅਸਰ ਹਰ ਮਰੀਜ਼ ਲਈ ਵੱਖਰਾ ਵੱਖਰਾ ਹੋ ਸਕਦਾ ਹੈ।